ਆ ਗੱਲ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਵਿਚਾਲੇ ਹੋਈ ਗੱਲਬਾਤ ਦੀ ਪਿਛਲੇ ਕੁਝ ਦਿਨਾਂ ਤੋਂ ਇਹ ਸ਼ੰਕੇ ਕਾਫੀ ਵਧੇ ਹੋਏ ਸੀ ਕਿ ਯੂਕਰੇਨ ਦੇ ਉੱਤੇ ਰੂਸ ਵੱਲੋਂ ਚੜ੍ਹਾਈ ਕੀਤੀ ਜਾ ਰਹੀ ਆ ਰੂਸ ਜਿਹੜਾ ਆ ਉਹ ਕਈ ਵਾਰੀ ਇਹ ਗੱਲ ਕਹਿ ਚੁੱਕਾ ਕਿ ਯੂਕਰੇਨ ਜਿਹੜਾ ਆ ਉਹ ਸਾਡੀ ਲਾਲ ਲਾਈਨ ਜਿਹੜੀ ਹੈ ਜੀ ਟੱਪ ਚੁੱਕਾ ਆ ਸੋ ਇਹ ਜਿਹੜੀਆਂ ਵੱਡੀਆਂ ਤਾਕਤਾਂ ਨੇ ਛੋਟੇ ਮੁਲਕਾਂ ਦੇ ਵਾਸਤੇ ਲਾਈਨਾਂ ਬਣਾਈਆਂ ਹੁੰਦੀਆਂ ਜੀ ਚਟ ਕਹਿੰਦੇ ਵੀ ਰੈੱਡ ਲਾਈਨ ਜੇ ਕ੍ਰੋਸ ਕੀਤੀ ਅਸੀਂ ਅਟੈਕ ਕਰ ਦੇਣਾ ਸੋ ਹੁਣ ਯੂਕਰੇਨ ਨੂੰ ਬਚਾਉਣ ਦੇ ਵਾਸਤੇ ਨਾਟੋ ਫੋਰਸਸ ਜਿਹੜੀਆਂ ਅੱਗੇ ਆਈਆਂ ਹੋਈਆਂ ਪਿਛਲੇ ਹਫਤੇ ਅਮਰੀਕਾ ਫਰਾਂਸ ਜਰਮਨੀ ਇਟਲੀ ਇੰਗਲੈਂਡ ਦੀ ਜਿਹੜੀ ਹੈ ਮੀਟਿੰਗ ਵਰਚੁਅਲ ਹੋਈ ਆ ਇਹਦੇ ਵਿੱਚ ਫ੍ਰੀ ਫੈਸਲਾ ਕੀਤਾ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਦੱਸਣਗੇ ਕਿ ਜੇ ਇਹ ਜੇ ਕੋਈ ਕਾਰਵਾਈ ਹੁੰਦੀ ਆ ਤਾਂ ਇਹਦੇ ਜਿਹੜੇ ਨਤੀਜੇ ਆ ਬੜੇ ਭੜੇ ਨਿਕਲਣਗੇ ਹੁਣ ਇਸੇ ਤਰ੍ਹਾਂ ਹੋਇਆ ਕਿ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੇ ਰੂਸੀ ਦੇ ਰਾਸ਼ਟਰਪਤੀ ਜਿਹੜੇ ਓਲੈਦੀਰ ਪੁਤਨ ਉਹਨਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਜਿਹੜੀ ਆ ਆਨਲਾਈਨ ਕਹਿ ਸਕਦੇ ਆ ਕਿ ਟੀਵੀ ਦੇ ਸਾਹਮਣੇ ਬੈ ਕੇ ਦੋਹਾਂ ਜਾਣਿਆਂ ਨੇ ਗੱਲਬਾਤ ਕੀਤੀ ਆ 2 ਘੰਟੇ ਤੇ 1 ਮਿੰਟ ਚੱਲੀ ਇਸ ਗੱਲਬਾਤ ਦੇ ਵਿੱਚ ਜੋ ਬਾਈਡਨ ਉਹਨਾਂ ਦਾ ਕਹਿਣਾ ਕਿ ਅਸੀਂ ਕਲੀਅਰ ਕੀਤਾ ਕਿ ਜੇਕਰ ਤੁਸੀਂ ਯੂਕਰੇਨ ਦੇ ਉੱਤੇ ਹਮਲਾ ਕਰਨ ਦੀ ਕੋਈ ਵੀ ਕਾਰਵਾਈ ਕੀਤੀ ਜਿਹਾ ਕਿ ਦੇਖਿਆ ਜਾ ਰਿਹਾ ਕਿ ਰੂਸੀ ਫੌਜਾਂ ਦੀ ਨਫਰੀ ਅਯੂਕਰੇਨ ਦੇ ਬਾਰਡਰ ਦੇ ਉੱਤੇ ਕਾਫੀ ਵਧ ਰਹੀ ਆ ਤੇ ਰੂਸ ਵੱਲੋਂ ਯੂਕਰੇਨ ਦੇ ਜਿਹੜੇ ਵਿਰੋਧੀ ਬਗੀ ਆ ਉਹਨਾਂ ਨੂੰ ਵੀ ਕਾਫੀ ਵੱਡੀ ਪੱਧਰ ਤੇ ਉੱਤੇ ਹੱਲਾਸ਼ਰੀ ਅਤੇ ਅਸਲਾ ਦਿੱਤਾ ਜਾ ਰਿਹਾ ਕਹਿੰਦੇ ਜੇ ਹਮਲਾ ਹੁੰਦਾ ਤੇ ਇਹਦੇ ਨਾਲ ਫਿਰ ਰੂਸ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲੱਗ ਜਾਣਗੀਆਂ ਰੂਸ ਜਿਹੜਾ ਕਿ ਆਪਣੇ ਰੂਬਲ ਹਾਂ ਜਦੋਂ ਡਾਲਰ ਦੇ ਵਿੱਚ ਤਬਦੀਲ ਕਰਦਾ ਟ੍ਰੇਡ ਕਰਨ ਦੇ ਵਾਸਤੇ ਅਜਿਹੀਆਂ ਬੈਂਕਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਊਗੀ ਜਿਸ ਕਾਰਨ ਰੂਸ ਦਾ ਜਿਹੜਾ ਕਹਿੰਦੇ ਆਰਥਿਕ ਤੌਰ ਦੇ ਉੱਤੇ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੋ ਇਹ ਸਿੱਧਾ ਮੈਸੇਜ ਜਿਹੜਾ ਆ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਨਾਟੋ ਫੋਰਸਸ ਵੱਲੋਂ ਰੂਸ ਨੂੰ ਜਿਹੜਾ ਜੀ ਦਿੱਤਾ ਗਿਆ ਕਿ ਜੇ ਲੜਾਈ ਕਰਨੀ ਆ ਤਾਂ ਫਿਰ ਆਪਣਾ ਸ਼ਕੰਜਾ ਕਸਵਾਉਣ ਵਾਸਤੇ ਹਥਿਆਰ ਹੋ ਜਾ ਦੂਜੇ ਪਾਸੇ ਜਿਹੜੇ ਰੂਸ ਦੇ ਅਧਿਕਾਰੀ ਉਹ ਕਹਿੰਦੇ ਵੀ ਇਹ ਗੱਲਬਾਤ ਬੜੀ ਸਹੀ ਮਾਹੌਲ ਵਿੱਚ ਹੋਈ ਆ ਅਮਰੀਕਾ ਤੇ ਉਸਦੇ ਸਾਥੀਆਂ ਨੇ ਆਪਣੇ ਕੰਸਰਨ ਜਿਹੜੇ ਦੱਸੇ ਆ ਤੇ ਰੂਸ ਨੇ ਵੀ ਆਪਣੇ ਕੰਸਰਨ ਜਿਹੜੇ ਅਮਰੀਕਨ ਰਾਸ਼ਟਰਪਤੀ ਨੇ ਦੱਸੇ ਆ ਕਿ ਉਹਨਾਂ ਦੀ 70 ਨੂੰ ਪ੍ਰਭੂ ਸੱਤਾ ਨੂੰ ਵੀ ਖਤਰਾ ਹੈਗਾ ਆ ਤੇ ਉਹਨਾਂ ਨੇ ਵੀ ਆਪਣੀਆਂ ਰੈਡ ਲਾਈਨਸ ਬਣਾਈਆਂ ਹੋਈਆਂ ਆ ਜੇ ਯੂਕਰੇਨ ਵੱਲੋਂ ਉਹ ਰੈਡ ਲਾਈਨ ਕ੍ਰੋਸ ਕੀਤੀ ਜਾਂਦੀ ਆ ਤਾਂ ਉਹ ਫਿਰ ਜਿਹੜੇ ਨੈਟੋ ਦੇ ਮੁਲਕ ਆ ਅਮਰੀਕਾ ਇੰਗਲੈਂਡ ਜਰਮਨੀ ਵਗੈਰਾ ਇਹਨਾਂ ਦੀ ਨਹੀਂ ਸੁਣੂਗਾ ਆਪਣੀ ਪ੍ਰਭੂ ਸੱਤਾ ਦੀ ਰਾਖੀ ਦੇ ਵਾਸਤੇ ਉਹ ਆਪਣੀ ਆਜ਼ਾਦੀ ਦੇ ਹੱਕ ਲਈ ਲੜਨ ਵਾਸਤੇ ਉਹ ਆਜਾਦ ਆ ਤੇ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਸੋ ਹੁਣ ਇੱਕ ਵਾਰੀ ਫੇਰ ਜਿਹੜੇ ਆ ਇਹ ਇੰਗਲੈਂਡ ਅਮਰੀਕਾ ਜਪਾਨ ਸੋਰੀ ਜਰਮਨੀ ਇਟਲੀ ਤੇ ਇਹਨਾਂ ਦੀ ਆਸਟ੍ਰੀਚ ਫਰਾਂਸ ਦੀ ਮੀਟਿੰਗ ਹੋਣੀ ਹੈ ਇਹਨਾਂ ਦੇ ਮੁਖੀਆਂ ਦੀ ਉਸ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਲਿਆ ਜਾਣਾ ਹੈ ਪਰ ਲੱਗਦਾ ਹੈ ਕਿ ਰੂਸ ਨੂੰ ਸਹੀ ਮੈਸੇਜ ਜਿਹੜਾ ਆ ਪਹੁੰਚਾ ਦਿੱਤਾ ਗਿਆ ਆ ਯੂਕਰੇਨ ਦੇ ਉੱਤੇ ਹਮਲਾ ਹੋਣ ਦੀਆਂ ਤਿਆਰੀਆਂ ਹੀ ਸੀਗੀਆਂ ਇਸੇ ਕਰਕੇ ਸ਼ਾਇਦ ਇਹਦੀ ਤੇਜ਼ੀ ਦੇ ਨਾਲ ਇਹ ਜਿਹੜੀ ਮੀਟਿੰਗ ਇਹ ਕੀਤੀ ਗਈ ਹੈ ਤੇ ਹੁਣ ਕਲੀਅਰ ਮੈਸੇਜ ਦੇਣ ਤੋਂ ਬਾਅਦ ਲੱਗਦਾ ਹੈ ਕਿ ਸ਼ਾਇਦ ਇਹ ਜੰਗ ਜਿਹੜੀ ਆ ਰੁਕ ਸਕਦੀ ਹੈ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ